ਕੀ ਅਸੀਂ ਕੋਈ ਫਾਇਦਾ ਨਹੀਂ ਲੋਕ ਲਾ ਲਈ ਸਾਰੇ ਜਿਹੜੇ ਕਿਰਾਗੇ تھے ਸਾਰੀਆਂ ਡੰਗਰੀਆਂ ਦੀਆਂ ਜੋਈਆਂ ਦੋ ਦੋ گاਵਾਂ ਲੋਕਾਂ ਰੱਖੀਆਂ ਨਾ ਉਹਦੇ ਆਸਤੇ ਬਹੁਤ ਜ਼ਿਆਦਾ ਮੁਸ਼ਕਲ ਬਣੀ ਔਰ ਸਾੜੇ ਰਸਤੇ ਵੀ ਬੰਦ ਹੋਈ ਗਏ ਸਾੜਾ ਪ੍ਰਗਮੀ ਪਾਣੀ تھا ਨਾਲੇ ਵਿੱਚ ਆਉਂਦਾ ਉਹ ਵੀ ਬੰਦ ਹੋਈ ਆ ਅਸੀਂ ਤਾਂ ਫਾਇਦਾ ਕੋਈ ਨਹੀਂ ਹੋਇਆ ਅੱਛਾ ਜਿਹੜੇ ਡੰਗਰ ਬੱਚਾ ਚਾਰ ਨੇ ਤਾਂ ਚਾਰਾਗਾ ਉੱਪਰ ਬਣੇ ਦੇ ਉਧਰ ਵੀ ਨਹੀਂ ਜਾਂਦੇ ਨੇ ਨਹੀਂ ਜਾਂਦੇ ਇਹ ਸਾੜੇ ਚੌਕੀਦਾਰ ਸਾਹਿਬਨ ਸਾੜੇ ਪਿੰਡ ਦੇ ਇਹਨੇ ਤੁਸ ਪੁੱਛੀ ਸਕਦੇ ਅੱਛਾ ਅਸੀਂ ਕੋਈ ਫਾਇਦਾ ਨਹੀਂ ਆਜਾਸ ਸੰਗੋਤ ਗਰਾਂਚ ਬੈਠੇ ਦੀਆਂ ਜਿਸ ਦੀ ਪਟਵਾਰ ਕੁੱਦ ਹੈ ਕੁੱਦ ਤੁਸ ਜਾਣਦੇਗਾ ਕੁੱਦ ਦਾ ਪਤੀਸਾ ਜਿਹੜਾ ਉਹ ਪੂਰੇ ਦੇਸਾ ਚ ਬੜਾ ਮਸ਼ਹੂਰ ਹੈ ਔਰ ਬੜੀ ਮਸ਼ਹੂਰ ਸੈਲਸ ਫਾਲੀ ਥਾਰ ਹੈ ਕੁੱਦ ਤੇ ਸਿਤਾ RAM ਸ਼ਰਮਾ ਔਰ ਇਸ ਗਰਾਂ ਦੇ ਬਸਨੀਕਨ ਜਿਹੜੇ ਸਾੜੇ ਕੰਨ ਨਿੰਦੇ ਕੰਨ ਗੱਲਬਾਤ ਕਰ ਰਿਹਾ ਤੋ ਸ਼ਰਮਾ ਸਾਹਿਬ ਬੜੀ ਸ਼ੈਲ ਗਰਾਂਦ ਹੁੰਦਾ ਆ ਨਹੀਂ ਗਰਾਂਸਾਲਾ ਬਿਲਕੁਲ ਠੀਕ ਹੈ ਔਰ ਗਰਾਂਦ ਹੁੰਦਾ ਸ਼ੈਲ ਇਹਦਾ ਗਵਾੜ ਹੋਰ ਵੀ ਮਤਾ ਤਾਂ ਬਣਾਦਾ ਹੈ ਕਿ ਪਿੱਛਾ ਅਸੇ ਦੇਖਾ ਕਰਨੇ ਆਪੇ ਗੰਡੋਲਾ ਲੱਗੇਦਾ ਔਰ ਤਾਰੇ ਉਪਰ ਇੱਕ ਡੋਲਾ ਜਿਹੜਾ ਉਹ ਚੜਾਦਾ ਤੇ ਸੈਲਸ ਲੋਕਾਂ ਦੀ ਸੈਰ ਕਰਾਦਾ ਜੀ ਜੀ ਤੇ ਕਿੰਨਾ ਫਾਇਦਾ ਹੋਇਆ ਇਸ ਗੰਡੋਲੇ ਦਾ ਅਸੀਂ ਲੋਕੋ ਆदमी ਕੋਈ ਫਾਇਦਾ ਨਹੀਂ ਉਹ ਜਿਹੜੇ ਗੰਢੋਲਿਆ ਵਾਲੇ ਨੇ ਉਹਨੇ ਆਪਣਾ ਪ੍ਰੋਗਰਾਮ ਹੈ ਆਪਣਾ ਗਾਇ ਆਪਣੇ ਬੰਦੇ ਰੱਖੇ ਨੇ ਸਾਡਾ ਲੋਕਲ ਬੰਦਾ ਕੋਈ ਨਹੀਂ ਜਿਹੜੇ ਮਜ਼ਦੂਰ ਟਾਰੇ ਉੱਪਰ ਲਾਦੇ ਹੈ ਉਹ ਵੀ ਕੁਝ ਵਰਨਾ ਨੇ ਕੱਢੂੜੇ ਅੱਛਾ ਹਾਂਜੀ ਕੁਝ ਦੂਏ ਪਾਸ ਦਾ ਕੋਈ ਸ਼੍ਰੀਨਗਰ ਤੋਂ ਆਇਆ ਕੋਈ ਵਿਆਹ ਦਾ ਹੈ ਕੋਈ ਜੁਪੀ ਦਾ ਹੈ ਉਹ ਇਹਨੇ ਪੱਤੀ ਕੀਤੇ ਨੇ ਪਤਾ ਨਹੀਂ ਹੈ ਕਿ ਉਹਨੇ ਇਹਦੇ ਆਪਣੇ ਪਰਮਨੈਂਟ ਤੋਂ ਹੈ ਜਾਂ ਲੋਕਲ ਫਿਰ ਆਪੂ ਰੱਖੇ ਨੇ ਅੱਛਾ ਇਹ ਕੋਈ ਜਾਣਕਾਰੀ ਨਹੀਂ ਹੈ ਅਸੀਂ ਲੇਕਿਨ ਸਾੜਾ ਗਰਾਹ ਦਾ ਬੰਦਾ ਇਕਾ ਦੁਕਾ ਕੋਈ ਹੋਰ ਕੋਈ ਖਾਸ ਨਹੀਂ ਜਾਨੀ ਕਿ ਇਹ ਜਿਹੜਾ ਗੰਡੋਲਾ ਇਹ ਤੁੰਦੀ ਕੇ ਪੰਚਾਇਤ ਚ ਬਣਿਆ ਦਾ ਸਾਡੀ ਹਾਂ ਸਾਡੀ ਪੰਚਾਇਤ ਤੁੰਦੀ ਪੰਚਾਇਤ ਵੱਡਾ ਕੀ ਕਿ ਜਿਸ ਵੇਲੇ ਇਹ ਇਹਦੀ ਸ਼ੁਰੂਆਤ ਹੋਈ ਇਸ ਪ੍ਰਯੋਜਨਾ ਦੀ ਤੇ ਸਰਕਾਰ ਦੀ ਬੱਕੀ ਦਾ ਵੱਡੇ ਵੱਡੇ ਦਾਅਵੇ ਕੀਤੇ ਗਏ ਹੈ ਭਾਈ ਜਿਹੜਾ ਇਲਾਕੇ ਚ ਜਿਸ ਚੇ ਬਣਾ ਦਾ ਜਿਸ ਏਰੀਏ ਚ ਬਣਾ ਦਾ ਉੱਥੋਂ ਦੇ ਲੋਕਾਂ ਦੀ ਰੋਜ਼ਗਾਰ ਤੋਂਗ ਇੰਆਂ ਵੀ ਜਿਹੜਾ ਪ੍ਰੋਜੈਕਟ ਕੋਈ ਵੱਡੇ ਵੱਡੇ ਆਉਂਦੇ ਨੇ ਤੇ ਬੜੇ ਬੜੇ ਸਬਜ਼ ਬਾਗ ਵੀ ਦੱਸੇ ਜਾਂਦੇ ਨੇ ਤੇ ਦੱਸੇ ਦਾ ਭਾਈ ਬੇਰੋਜ਼ਗਾਰੀ ਦੀ ਸਮੱਸਿਆ ਜਿਹੜੀ ਉਹ ਆਲੋ ਯਾਗ ਜਿਹੜੇ ਮਕਾਮੀ ਜਿਹੜੇ ਨੌਜਵਾਨ ਉਹਨੇ ਕੀ ਉਥੇ ਲਾਇਆ ਜਾਗ ਤਾਂ ਕਿਆ ਕੋਈ ਬੱਚਾ ਲੱਗਾ ਸਾੜੇ ਮਜ਼ਦੂਰ ਲੱਗੇ ਦੇ ਹੈ ਇੱਥੇ ਲੋਕਲ ਅੱਛਾ ਕੋਈ 8 10 ਮੋੜੇ ਲੇਕਿਨ ਉਹ ਵੀ ਨੇ ਕੱਢਿਓੜੇ ਕੱਢਿਓੜੇ ਹਾਂ ਉਹ ਪਤਾ ਨਹੀਂ ਕਿ ਉਹ ਕੰਮ ਕਰੀਏ ਰਾਜੀ ਨਹੀਂ ਤੇ ਜਾ ਕਿਆਂ ਗੱਡੇ ਨਹੀਂ ਜਿਹੜੇ ਮਜ਼ਦੂਰ ਉੱਤੇ ਲੱਗੇ ਦੇ ਕੰਮ ਤੇ ਕਰਦੇ ਗਏ ਉਹਨੇ ਉਹ ਕੰਮ ਤੇ ਕਰਦੇ ਮਾਰੇ 2-2 ਮਹੀਨੇ ਲਾਏ ਕੁਝ 6 ਮਹੀਨੇ ਲਾਏ ਅੱਛਾ ਕੁਝ ਸਾਲ ਵੀ ਲਾਇਆ 2-4 ਮੋੜੇ ਇਸ ਵੇਲੇ ਵੀ ਹਨ ਸਾਡੇ ਅੱਛਾ ਲੋਕ ਲਾ ਮਾਰੇ ਜਿਹੜੇ ਲਾਣੇ ਤੇ ਉਹਨੇ ਲਾਇਆ ਅੱਛਾ ਜੀ ਕੋਈ ਸਹੂਲਤ ਨਹੀਂ ਆਸੀਂ ਇਸ ਦੀ ਅੱਛਾ ਬਾਕੀ ਆਸੀਂ ਇਹ ਰੌਣਕ ਮੇਲਾ ਹਾਂ ਹਾਂ ਕੋਈ ਬਾਹਰ ਦੇ ਆਉਂਦੇ ਸਹਰੀ ਅੱਜ ਦੇਖਣੇ ਸੁਣਨੇ ਆ ਕਿਹੜੇ ਬੰਦੇ ਨੇ ਕੀ ਆਉਂਦੇ ਕੀ ਆ ਬੁੰਦੇ ਕੀ ਆ ਖੰਦੇ ਬਸ ਉਹ ਹੀ ਹੈ ਲੇਕਿਨ ਅਸੀਂ ਉੱਥੇ ਤੁਹਾਡੀ ਟਾਈਮ ਨਹੀਂ ਹੁੰਦਾ ਗਰੀਬ ਬੰਦੇ ਆ ਅੱਛਾ ਸ਼ਰਮਨ ਸਾਹਿਬ ਤੁਸੀਂ ਦੱਸੋ ਭਾਈ ਕੁਸਾ ਕੀ ਕੋਈ ਦੁਕਾਨਦਾਰੀ ਕੇ ਚਲੀ ਹੈ ਇਸੇ ਗੰਡੋਲੇ ਕੀ ਨਹੀਂ ਚਲੇ ਕੋਈ ਨਹੀਂ ਚਲੇ ਇੱਕ ਦੋ ਦੁਕਾਨ ਬਣਾਈ ਦੀ ਇਹ ਲੋਕ ਲਾ ਲੈ ਤਾਂ ਉੱਥੇ ਉਹਨੇ ਬਾੜ ਲਾਈ ਉਹ ਅੱਛਾ ਉੱਥੇ ਜਾਣੇ ਬੰਦੇ ਕੋਈ ਰਸਤਾ ਨ ਕੋਈ ਨਹੀਂ ਛੋੜਿਆ ਤਾਂ ਦੁਕਾਨ ਕੀ ਕਰਨੀ ਹੈ ਉੱਥੇ ਆਜੇ ਲੈ ਭਈ ਕੋਸਾ ਦੀ ਨਕਲੋ ਹਰਕਤ ਕੇ ਉਧਰ ਨਹੀਂ ਹੋ ਕੋਈ ਬੰਦਾ ਆਉ ਜਾਈ ਨਹੀਂ ਹੋ ਤੇ ਦੁਕਾਨਾ ਹੀ ਕੇ ਇਹ ਰਸਤਾ ਵੀ ਬੰਦ ਹੋਈ ਆ ਤੇ ਰੰਦਰ ਕਿਹੇ ਜਾਣਾ ਹਾਂ ਹਾਂ ਕੋਈ ਨਹੀਂ ਉਹਦਾ ਆਪਣੇ ਪਰੋਹ ਉਹ ਆਉਂਦੇ ਬਾਕੀ ਅਸੀਂ ਗੱਲ ਵੀ ਕੀਤੀ ਹੈ ਕਿ ਕਿਛ ਲੋਕ ਉੱਥੇ ਯਾਦ ਆਕੇ ਮਾਰੇ ਪੇ ਗੰਡੋਲਾ ਜਿਹੜਾ ਹੈ ਬਣਦਾ ਹੈਦਾ ਅਸੀਂ ਕੋਈ ਫਾਇਦਾ ਹੀ ਨਹੀਂ ਹੈ ਕਿ ਕਿ ਏਡੇ ਏਡੇ ਤੇ ਜੰਗਲੇ ਲਾਇਦਨ ਅੰਦਰ ਗਏ ਬੰਨ ਨਹੀਂ ਦਿੰਦੇ ਹਨ ਉਸ ਵਕੀ ਜਾਣਗੇ ਨਹੀਂ ਦਿੰਦੇ ਬਸ ਗੇਟ ਕਰਾਸ ਨਹੀਂ ਕਰਨਾ ਨਹੀਂ ਕਰ ਕਰਨ ਦਿੰਦੇ ਹਨ ਤੇ ਅਗਰ ਜੇ ਮਕਾਮੀ ਬਸਨੀਕੇਂਗੀ ਜਾਂ ਜੰਮੂ ਦੇ ਲੋਕੇਂਗੀ ਇਸ ਗੰਡੋਲੇ ਕੋਲ ਜਾਣੇ ਦਾ ਜੇ ਮੌਕਾ ਨਹੀਂ ਦਿੱਤਾ ਜਾ ਕਰਦਾ ਤਾਂ ਫਿਰ ਇਹਦਾ ਫਾਇਦਾ ਕੀ ਹੈ ਅਸੀਂ ਕੋਈ ਫਾਇਦਾ ਨਹੀਂ ਲੋਕਾਂ ਲਈ ਸਾਰੇ ਜਿਹੜੀ ਕਿਰਾਗੇ ਤੇ ਸਾਰੀਆਂ ਡੰਗਰੀਆਂ ਜੋਈਆਂ ਦੋ ਦੋ گاਵਾਂ ਲੋਕਾਂ ਰੱਖੀਆਂ ਹਨ ਉੰਦੇ ਆਸਤਾ ਬਹੁਤ ਜ਼ਿਆਦਾ ਮੁਸ਼ਕਲ ਬਣੀ ਔਰ ਸਾੜੇ ਰਸਤੇ ਵੀ ਬੰਦ ਹੋਈਏ ਸਾੜਾ ਪ੍ਰਗਮੀ ਪਾਣੀ ਥਾ ਨਾਲੇ ਵਿੱਚ ਆਉਂਦਾ ਉਹ ਵੀ ਬੰਦ ਹੋਈ ਆ ਅਸੀਂ ਤਾਂ ਫਾਇਦਾ ਕੋਈ ਨਹੀਂ ਹੋਇਆ ਅੱਛਾ ਜਿਹੜੇ ਡੰਗਰ ਬੱਚਾ ਚਾਰਨੇ ਤਾਂ ਚਾਰਾਗਾ ਉੱਪਰ ਬਣੇ ਦੇ ਉਧਰ ਵੀ ਨਹੀਂ ਜਾਂਦੇ ਨੇ ਨਹੀਂ ਜਾਂਦੇ ਠੀਕ ਇਹ ਸਾਰੇ ਚੌਕੀਦਾਰ ਸਾਹਿਬਨ ਅੱਛਾ ਪਿੰਡ ਤੇ ਇਹਨੇ ਤੋਂ ਪੁੱਛੀ ਸਕਦੇ ਅੱਛਾ ਅਸੀਂ ਕੋਈ ਫਾਇਦਾ ਨਹੀਂ ਇਹ ਮਰੂਣਕ ਮੇਲਾ ਬਸ ਨੇ ਖਾਲੀ ਰੌਣਕ ਮੇਲੇ ਕਿ ਦੇਖਣਾ ਪਈ ਆਏ ਪਈ ਉਹਨੇ ਝੂਟੇ ਲੈਣੇ ਤੇ ਘਰੇ ਟੁਰਿਆ ਨਾ ਤੇ ਜੇ ਅੱਛਾ ਜਿਸ ਵੇਲੇ ਸੀ ਬਣਾਇਆ ਗਿਆ ਉਸ ਵੇਲੇ ਤੇ ਤੁੰਦੇ ਕਣ ਤੋਹੀਂ ਦੱਸਿਆ ਗਿਆ ਹੋਣਾ ਪਈ ਇਹ ਉਹ ਉਸ ਵੇਲੇ ਤਾਂ ਬੜਾ ਕੁਝ ਕਾਖਦੇ ਥੇ ਉਸ ਵੇਲੇ ਰੱਖਦੇ ਕਿ ਤੁਹਾਡੇ ਬੰਦੇ ਜਿੰਨੇ ਵੀ ਇੱਕ ਇੱਕ ਬੰਦਾ ਕਰਦਾ ਸੀ ਤੇ ਰੱਖ ਗਏ ਪੱਥਰ ਲੱਗੇ ਅੱਛਾ ਤੇ ਫਿਰ ਉਹਦੇ ਬਾਅਦ ਕੁਝ ਨਹੀਂ ਹੋਇਆ ਸਾਡੇ ਨਾਲੇ ਵਿੱਚ ਤਾਂ ਪੱਥਰ ਇਹਨੇ ਪੂਰਾ ਇਸਤੇਮਾਲ ਕੀਤਾ कोई, कोई 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 अच्छा ने। ने कोई कुशे दी जमीन ਵਿੱਚ ਆ ਪੱਥਰ ਲਈਏ ਕੁਛ ਦੇ ਜੂ ਵਿੱਚ ਆ ਪੱਥਰ ਲਈਏ ਕੋਈ ਰਾਲਤੀ ਨਹੀਂ ਕੋਈ ਕੁਛ ਨਹੀਂ ਕੋਈ ਪਾਈ ਪੈਸਾ ਨਹੀਂ ਕੋਈ ਪਾਈ ਪੈਸਾ اچھا ਤੇ ਜਮੀਨ ਜਿਹੜੀ ਹੈ ਇਹ ਕੋਈ ਸਰਕਾਰੀ ਹੈ ਜਾਂ ਲੋਕਾਂ ਦੀ ਵੀ ਹੈ ਨਹੀਂ ਇਹ ਸਰਕਾਰੀ ਸੀ ਸਾਰੀ ਇਹ ਸਾਰੀ ਸਰਕਾਰੀ ਹੈ اچھا ਹਾਂ ਜਮੀਨ ਸਰਕਾਰੀ ਪਰ ਜਿਹੜਾ ਰੇਤ ਬਜਰੀ ਜਾਂ ਬਾਕੀ ਇਸਤੇਮਾਲ ਕੀਤਾ ਉਹ ਲੋਕਾਂ ਦਾ ਉਹ ਲੋਕਾਂ ਦਾ ਤੇ ਉਹਨੇ ਕੀ ਸੜੇ ਸਭ ਜਵਾਗ ਦੱਸ ਹਾਂ ਵਾਚੇ ਸੜੇ ਖਤਾ ਮੰਜ਼ੂਰ ਆਦਾ ਜੀ اچھا ਹਾਂ ਬਾਕੀ ਚਾਰ ਦੁਬਾਰੀ ਕੀਤੀ ਉਹਨੇ ਅੰਦਰ ਜਾਣ ਨਹੀਂ ਦਿੰਦੇ ਪਖਰੂ ਨਹੀਂ ਜਾਣ ਦਿੰਦੇ ਬੰਦਾ ਉੱਥੇ ਜਾਣ। ਅੱਛਾ। ਯਾਨੀ ਕਿ ਜਿਹੜੇ ਮਕਾਮੀ ਬਸਨੀ ਕਰੂਣੀ ਕੋਈ ਫਾਇਦਾ ਨਹੀਂ ਤੇ ਤੁਸੀਂ ਸਰਕਾਰ ਜਿਹੜੀ ਹੀ ਉਹਦੀ ਉਹਦੇ ਧਿਆਨ ਚਾਹਂਦੀ ਹੀ ਖੜੀ ਗੱਲ। ਹਾਂ ਨਹੀਂ ਉਸ ਪੇ ਅੱਲਾ ਸਭ ਕੁਝ ਸਾਖ ਦੇ। ਅੱਛਾ। ਕਿ ਸਰਕਾਰ ਜਿਹੜੀ ਗਵਰਨਮੈਂਟ ਦੀ ਜਗਾ ਗਵਰਨਮੈਂਟ ਹੀ ਹੈ। ਕੁਝ ਉਹਦੇ ਵਿੱਚ ਬੰਜਰ ਵੀ ਥੇ। ਅੱਛਾ। ਲੋਕਾਂ ਦੇ ਜਿਹੜੇ ਥੋੜੇ ਬਹੁਤ ਹੁੰਦੇ ਕਨਾਲ ਕਨਾਲ ਦੋ ਦੋ ਕਨਾਲ। ਉਹ ਗਵਾਂ ਖੋਲਨੇ ਆਸਤੇ ਰੱਖੀ ਹੁੰਦੀ। ਉਹ ਵੀ ਉਹਨੇ ਕਬਰੀ ਕਰ ਲਈ। ਉਹਦਾ ਵੀ ਕੋਈ ਪਾਈ ਪੈਸਾ ਨਹੀਂ ਦਿੱਤਾ ਅਸੀਂ ਬੜੀਆਂ ਪ੍ਰੋਬਲਮਾਂ ਨੇ ਜੋ ਕੋਈ ਵਾਅਦੇ ਕਰਦੇ ਨੇ ਗਵਰਨਮੈਂਟ ਤੇ ਆਦਮੀ ਆਉਂਦੇ ਵਾਅਦੇ ਕਰਦੇ ਕਿ ਥੋੜਾ ਅਸੀਂ ਇਹ ਕਰਾਂ ਨੇ ਉਹ ਕਰਾਂ ਨੇ ਉਹ ਕਰਾਂ ਨੇ ਥੋੜਾ ਇੱਕ ਨਲਕਾ ਪਾਣੀ ਆਉਂਦਾ ਕੋਸਰੂ ਕੋਸਰੂ ਚ ਪਉਂਦਾ ਉਹ ਦੀ ਇੰਨੀ ਕਿ ਨਹੀਂ ਉਹ ਵੀ ਅਸੀਂ ਕੋਈ ਮਹੀਨੇ ਬਾਅਦ ਇੱਕ ਦਿਨ ਪਾਣੀ ਤਾਂ ਆਉਂਦਾ ਗਰਮੀ ਚ ਪਾਣੀ ਜ਼ਰੂਰ ਧੁੰਦੀ ਅਸੀਂ ਪਾਣੀ ਨਹੀਂ ਸੀ ਅੱਛਾ ਤੁੰਦੇ ਇਥੋਂ ਨਮਾਇंदे ਹੋਏ ਨ ਹੁਣ ਡੀਡੀਸੀ ਦੇ ਮੈਂਬਰ ਬਣੇ ਦੇ ਨ ਬੀਡੀਸੀ ਦੇ ਬਣੇ ਦੇ ਨ ਤੋ ਕੀ ਤੁਸੀਂ ਇਸ ਗੰਡੋਲੇ ਕੇ ਲਈ ਹੈ ਉਹਦੇ ਕੰਨੇ ਕੋਈ ਮੋਹ ਨਹੀਂ ਚੁੱਕਿਆ ਕਿਤੇ ਇੱਕ ਦਫਾ ਇਹਨੇ ਕੀਤਾ ਹਾ ਕੈਬੋਕੇਸ਼ਨ ਕੇ ਆਸੇ ਤੋੜੇ ਬੰਦੇ ਰੱਖੇ ਲੱਗੇ ਅੱਛਾ ਕੋਈ ਥੋੜੇ ਦਿਨ ਰੱਖੇ ਇਹਨਾਂ ਦੇ ਫਿਰ ਗੱਡੀ ਪਰਤੀ ਗੱਡੀ ਦੇ ਪਰਤੀ ਗੱਡੀ ਸਾਡੇ ਚੇਅਰਮੈਨ ਸਾਹਿਬ ਵੀ ਆਏ ਤੇ ਹੈ ਅੱਛਾ ਔਰ ਪੰਚ ਸਾਹਿਬ ਵੀ ਆਏ ਤੇ ਹੈ ਤੋ ਸਾਰੇ ਲੋਕੋ ਨੇ ਕਿੱਥੇ ਕਿੱਥੇ ਦੇ ਗਰਾਂ ਦੇ ਤੇ ਇਹ ਕਦੋਂ ਦੀ ਗੱਲ ਹੈ ਇਹ ਪਿਛਲੇ ਸਾਲ ਦੀ ਗੱਲ ਹੈ ਅੱਛਾ ਪਿਛਲੇ ਸਾਲ ਦੀ ਜੀ ਜੀ ਤੇ ਕਿੰਨੇ ਚਿਰ ਹੋਇਆ ਸੀ ਚੱਲਦੇ ਗੰਡੋਲੇ ਕੀਤੇ ਜਨਾਬ ਹੁਣ ਮੈਂ ਇੰਨਾ ਨਹੀਂ ਕਿ ਆਖੀ ਸਹੀ ਹੈ ਪੁੱਤਾਂ ਸਾਲ ਹੋਈ ਹੈ ਨਾ ਨਹੀਂ 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 ਇਹ ਕੋਈ 5-7 ਸਾਲ ਆ ਨਾ ਕੋਈ 2 ਸਾਲ ਹੋਏ 2 ਸਾਲ ਹੋਈ ਹੈ ਚੱਲਦੇ ਅੱਛਾ ਇਹ ਜਿਹੜਾ ਗੰਡੋਲਾ ਚਲਾਦਾ ਸੀ 2 ਸਾਲ ਹੋਈ ਹੈ ਹਾਂ ਜੀ ਜਿਹਲੇ ਸ਼ੁਰੂ ਹੋਇਆ ਤੇ ਉਹ ਲੈ ਜਿਹੜਾ ਵੀ ਵਾਦੇ ਕੀਤੇ ਰਹੇ ਜਿਹੜੇ ਵੀ ਬੜੇ-ਬੜੇ ਉਹ ਸੁਖਣੇ ਦੱਸੇ ਦੇ ਉਹਦੇ ਉੱਪਰ ਕੋਈ ਅਮਲ ਨਹੀਂ ਕੀਤਾ ਕੋਈ ਅਸਰ ਨਹੀਂ ਆਇਆ ਜੀ ਤੁਕੇ ਚਾਹੁੰਦੇ ਹੋ ਤੁਸੀਂ ਇਸ ਵੇਲੇ ਤੁਸੀਂ ਪਤਾ ਭਈ ਲੈਫਟ ਰੀਡ ਗਵਰਨਰ ਸਾਹਿਬ ਦਾ ਇਸ ਵੇਲੇ ਪ੍ਰਸ਼ਾਸਨ ਹੈ ਹਕੂਮਤ ਹੈ ਔਰ ਇਸ ਵੇਲੇ ਕੀ ਹੁੰਦੇ ਅੱਗੇ ਤੁਸੀਂ ਗੁਹਾਰ ਲੱਗ ਗਿਆ ਕਿ ਕੀ ਕੀਤਾ ਜਾ ਇਸ ਗੰਡੋਲੇ ਲਈ ਹੈ ਸਾੜਾ ਇੱਕ ਇੱਕ ਘਰ ਦਾ ਇੱਕ ਇੱਕ ਬੰਦਾ ਰੱਖਿਓ ਹੁਣ ਔਰ ਕੀ ਕਰ ਸਕਦੇ ਆ ਤੁਸੀਂ ਇੱਕ ਇੱਕ ਬੰਦਾ ਵੀ ਰੱਖਿਓ ਜਿਹੜਾ ਵਾਦਾ ਕੀਤਾ ਦਾ ਹਾਂ ਡਰਾਈਵਰ ਦੀ ਜਗ੍ਹਾ ਡਰਾਈਵਰ ਆਈ ਗਿਆ ਇੱਥੇ ਬੜੇ ਸਾਰੇ ਮੁੰਡੇ ਡਰਾਈਵਰ ਬੇਤੁਸਕਾਰ ਕੋਈ ਕਾਰੋਬਾਰਕ ਨਹੀਂ ਹੈ ਉਹ ਜਮੀਨ ਜਿਹੜੀ ਦੋ ਦੋ ਚਾਰ ਚਾਰ ਕਨਾਲ ਆ ਜਾਂਦਾ ਉਸ ਕਨਾਲ ਕੁਸੇ ਕੋਲ ਉੰਦੇ ਪਰ ਕੇ ਨਿਰਭਰ ਹੈ। ਬਾਕੀ ਬਾਝ ਹੀੇ ਕੰਮ ਕਰਨਾ ਕਰੀ ਤੇ ਮੁਸ਼ਕਿਲ ਬਣੀਂਦੀ। ਕੱਲਾ ਬੰਦਾ ਉਹਦੇ ਉਸ ਕੁੱਥੇ ਜਾਣਾ ਕੰਮ ਕਰਨੇ ਢੇੜੇ ਲਾਣੇ ਬਾਝ ਕੀ ਆ ਗਿਆਂ ਕਰੋ। ਕੀ ਕਰੋ ਵਿਚਾਰਾ? ਬਿਲਕੁਲ। ਗਵਰਨਮੈਂਟ ਦੀ ਤਰਫ ਦਾ ਅਸੀਂ ਕੋਈ ਸਹੂਲਤ ਨਹੀਂ ਹੈ। ਉਸ ਵੇ ਲੱਖ ਤੇ ਜੀ ਆ ਕੇ ਕਰਕੇ ਬੋ ਕਰਕੇ ਇਹ ਲੱਖਣ ਦਾ ਟਾਈਮ ਹੁੰਦਾ ਉਸ ਲੱਭੜੇ ਬੜੇ ਵੱਡੇ ਕੱਤੀ। ਬੜੇ ਬੜੇ ਉਸਾਲ ਪਾਤਾ ਕਰਦੇ। ਲੇਗਨ ਬਾਤ ਇਤੇ ਕੋਈ ਬੰਦਾ ਨਹੀਂ ਲੱਭਦਾ ਸੀ ਪਾਣੀ ਸਾੜਾ ਅਸੇ ਕੋਈ ਸੂਲਤ ਪਾਣੀ ਦੇ ਨਲਕੇ ਦੇ ਨਹੀਂ ਹੈ ਪਾਈਪਾਂ ਜਿਹੜੀਆਂ ਲਾਇਆ ਦਿਨ 10 ਸਾਲ ਹੋਈਏ ਪੁਰਾਣੀਆਂ ਪਾਈਪਾਂ ਸਾੜੀ ਰਹੀਆਂ ਪਾਣੀ ਲੀਕ ਹੋਈਂਦਾ ਜਿਹੜਾ ਉਹਨੇ ਲਾਇਆ ਦਾ ਉੱਥੇ ਸਾੜਾ ਕੇ ਬੰਦਾ ਹੋ ਉਹ ਵੀ ਇੰਆ ਲਾ ਮਸਤੇ ਉਸੇ ਜਾਂ ਚੂਕੂ ਨੇ ਥੋਆਂ ਦੋ ਜਗ੍ਹਾ ਲਾਉਣਾ ਜਾਂ ਕੋਈ ਬੰਦਾ ਦੇਣ ਅਸੀਂ ਦੂਆ ਜਿਹੜਾ ਕਿ ਅਸੀਂ ਪਾਣੀ ਚਾਰ ਬਾਲਟੀਆਂ ਪੀਣੇ ਹਸਤੇ ਥੋਈਆ ਸ਼ੁਕਰੀਆ ਜੀ ਇਲੈਕਸ਼ਨ ਆਉਂਦੀ ਹੈ ਤੇ ਵੱਡੇ ਵੱਡੇ ਵਾਅਦੇ ਤੇ ਵੱਡੇ ਵੱਡੇ ਸਬਜਵਾਗ ਦੱਸੇ ਜਾਂਦੇ ਨੇ ਪਰ ਯੋਜਨਾ ਜਿੱਦਾਂ ਸ਼ੁਰੂ ਹੁੰਦੀਆਂ ਨੇ ਜਿਸ ਵੇਲੇ ਲੋਕਾਂ ਦੇ ਸਹਿਯੋਗ ਦੀ ਲੋਕਾਂ ਦੇ ਮਦਦ ਮਦਦ ਦੀ ਜ਼ਰੂਰਤ ਹੁੰਦੀ ਹੈ ਉਸ ਵੇਲੇ ਵੀ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਉਹ ਐਸੇ ਕਾ ਵਾਅਦੇ ਕੀਤੇ ਜਾਂਦੇ ਨੇ ਜਿਹੜੇ ਇਹ ਜਿਹੜਾ ਗੰਡੋਲਾ ਚਲਾ ਕਰਦਾ ਆ ਪਤਨੀ ਟਾਪ ਚ ਜਿਹੜਾ ਲੱਗੇਦਾ ਉਸ ਵੇਲੇ ਜਿਹੜਾ ਇਹ ਗ੍ਰਾਂ ਹੈ ਇਥੋਂ ਦੇ ਬਸਨੀਕੇ ਕਰਨੇ ਵੱਡੇ ਵੱਡੇ ਵਾਅਦੇ ਕੀਤੇ ਗਏ ਪਰ ਜਿਸ ਵੇਲੇ ਇਹ ਪਰਿਯੋਜਨਾ ਚੱਲਣਾ ਸ਼ੁਰੂ ਹੋਈ ਗਈ ਪੀ ਜਿਹੜੇ ਇਥੂ ਦੇ ਜਾਗਤ ਜਿਹੜੇ ਜੁਵਾ ਤਬਕਾ ਜਿਹੜਾ ਉਥੇ ਕੰਮ ਕਾਜ ਉੱਪਰ ਲਾਇਦਾ ਤੇ ਉਹਨੇ ਕੀ ਵੀ ਉਥੋਂ ਬਾਹਰ ਕੱਢੀ ਦਿੱਤਾ ਤੇ ਔਰ ਜਿਹੜੇ 12 ਦੇ ਲੋਕ ਏ ਉਹਨੇ ਕੀ ਇੱਥੇ ਜਿਹੜਾ ਉਹ ਲਾਈ ਦਿੱਤਾ ਗਿਆ ਬਸਨੀਕੇ ਚ ਬੜਾ ਮਤਾ ਰੋ ਹੈ ਔਰ ਇਹ ਰੋ ਹੁੰਦਾ ਜਿਹੜਾ ਜਾਇਜ਼ ਵੀ ਹੈ ਕਿ ਕਿ ਅਗਰ ਉਹਦੇ ਕਰਨਾ ਹੈ ਇਹ ਵਾਦੇ ਕੀਤੇ ਦੇ ਉਸ ਕੀ ਪੂਰਾ ਕਰਨਾ ਚਾਹੀਦਾ ਹੈ ਕਿ ਕਿ ਪਰਿਯੋਜਨਾ ਅਗਰ ਕੁਝ ਲਾਕੇ ਚ ਲੱਗਦੀਆਂ ਨਾ ਤੇ ਜਿਹੜੇ ਨੇੜਵੇਂ ਗ్రాਾਂ ਦੇ ਲੋਕ ਹੁੰਦੇ ਨਾ ਉਹਨੇ ਕੀ ਫਾਇਦਾ ਹੋਣਾ ਚਾਹੀਦਾ ਉੱਥੇ ਰੋਜ਼ਗਾਰ ਦੇ ਜਿਹੜੇ ਸਾਧਨ ਉਹ ਬਣਨੇ ਚਾਹੀਦੇ ਐਸਾ ਨਹੀਂ ਹੋਣਾ ਚਾਹੀਦਾ ਕਿ ਰੋਜ਼ਗਾਰ ਦੇ ਸਾਧਨੇ ਕੋਲਾ ਉਹਨੇ ਲਾਕੇਗੀ ਬੰਚਿਤ ਕਰ ਦਿੱਤਾ ਜਾ